हाँ जी सर, सर जिवें कि 1 ਅਤੇ 2 ਮਈ ਨੂੰ ਜਿਹੜੀ ਸਾਈਂ ਲਾਡੀ ਸ਼ਾਹ ਜੀ ਦੀ ਜਿਹੜੀ ਬਰਸੀ ਆ ਰਹੀ ਆ, ਉਹਦੇ ਵਾਸਤੇ ਕੀ-ਕੀ ਤੁਹਾਡੀਆਂ ਜਿਹੜੀਆਂ ਹੈਗੀਆਂ ਹਦਾਇਤਾਂ ਹੈਗੀਆਂ ਵਾ? ਨਹੀਂ ਜੀ, 1 ਮਈ ਤੇ 2 ਮਈ ਨੂੰ ਸਾਈਂ ਜੀ ਦੀ ਜਿਹੜੀ ਬਰਸੀ ਆ ਰਹੀ ਆ, ਉਹ ਅਸੀਂ ਸਾਈਂ ਜੀ ਕੋ ਅਰਦਾਸ ਕਰਕੇ ਸਾਈਂ ਜੀ ਕੋ ਮਾਫੀ ਮੰਗ ਕੇ ਸਾਰਾ ਮਨਾਵਾਂਗੇ। ਤਾਂ ਉਸੇ ਤਰ੍ਹਾਂ, ਲੇਕਿਨ ਕੋਵਿਡ-19 ਦੀ ਮਹਾਮਾਰੀ ਨੂੰ ਦੇਖਦੇ ਹੋਏ ਤੇ ਗੌਰਮੈਂਟ ਦੀਆਂ ਹਦਾਇਤਾਂ ਜਿਹੜੀਆਂ ਹੈਗੀਆਂ ਵੀ ਇੱਕ ਜਗ੍ਹਾ ਤੇ ਭੀੜ ਨਹੀਂ ਇਕੱਠੀ ਹੋਣ ਦੇਣੀ ਜਾਂ ਰਸ਼ ਨਹੀਂ ਪੈਣ ਦੇਣਾ, ਉਹ ਸਾਰੀਆਂ ਚੀਜ਼ਾਂ ਨੂੰ ਦੇਖਦੇ ਹੋਏ ਅਸੀਂ ਸਾਰੇ ਟਰੱਸਟ ਨੇ ਤੇ ਸਾਰੇ ਸੇਵਾਦਾਰਾਂ ਨੇ ਬੈਠ ਕੇ ਇਹ ਫੈਸਲਾ ਦਿੱਤਾ ਕਿ 1 ਮਈ ਤੇ 2 ਮਈ ਨੂੰ ਅਸੀਂ ਦਰਬਾਰ ਬੰਦ ਰੱਖਾਂਗੇ, ਇੱਥੇ ਸੰਗਤ ਦੀ ਐਂਟਰੀ ਨਹੀਂ ਹੋਏਗੀ। ਅਸੀਂ ਜਿਹੜੇ ਦਰਬਾਰ ਦੇ ਪੁਰਾਣੇ ਸੇਵਾਦਾਰ ਹੈਗੇ ਆ ਜਾਂ ਪੁਰਾਣੇ ਬੰਦੇ ਦਰਬਾਰ ਨਾਲ ਜੁੜੇ ਹੈਗੇ ਆ, ਉਹ ਬੰਦੇ ਸਾਰੇ ਰਲ ਕੇ ਟਰੱਸਟ ਦੇ ਮੈਂਬਰ ਰਲ ਕੇ ਅੰਦਰ ਧਾਰਮਿਕ ਸਾਰੀਆਂ ਰਸਮਾਂ ਕਰਾਂਗੇ ਤੇ ਉਹ ਸਾਰੀਆਂ ਰਸਮਾਂ ਅਸੀਂ ਆਨਲਾਈਨ ਯੂਟਿਊਬ ਤੇ ਤੇ ਫੇਸਬੁੱਕ ਤੇ ਸੰਗਤ ਨੂੰ ਘਰੋਂ ਘਰੀ ਬੈਠੇ ਦਿਖਾਉਣ ਦੀ ਕੋਸ਼ਿਸ਼ ਕਰਾਂਗੇ। ਸ਼ਾਮ ਨੂੰ ਕਵਾਲੀਆਂ ਦਾ ਵੀ ਟਾਈਮ ਜਿਹੜਾ ਜੋ ਵੀ ਹੋਏਗਾ ਸੰਗਤ ਨੂੰ ਮੈਸੇਜ ਦਿੱਤਾ ਜਾਊਗਾ, ਸ਼ਾਇਦ 6 ਤੋਂ 8 ਹੋਵੇ ਜਾਂ ਜੋ ਵੀ ਟਾਈਮ ਹੋਏਗਾ ਉਹਦਾ, ਉਹ ਵੀ ਅਸੀਂ ਆਨਲਾਈਨ ਘਰੋਂ ਘਰੀ ਦਿਖਾਵਾਂਗੇ। ਸੰਗਤ ਨੂੰ ਹੱਥ ਜੋੜ ਕੇ ਬੇਨਤੀ ਆ ਕਿ ਘਰੋਂ ਘਰੀ ਬੈਠ ਕੇ ਸਾਰੇ ਮੱਥਾ ਟੇਕੋ, ਸਾਈਂ ਜੀ ਕੋ ਅਰਦਾਸ ਕਰੋ ਵੀ ਇਸ ਮਹਾਂਮਾਰੀ ਤੋਂ ਇਸ ਜਹਾਨ ਨੂੰ ਇਸ ਦੁਨੀਆ ਨੂੰ ਜਲਦੀ ਤੋਂ ਜਲਦੀ ਮੁਕਤੀ ਦੇਣ ਅਤੇ ਸਾਰੇ ਜਾਣੇ ਆਪਾਂ ਅਰਦਾਸ ਕਰੀਏ, ਘਰੋਂ ਘਰੀ ਬੈਠ ਕੇ ਮੱਥਾ ਟੇਕੀਏ ਅਤੇ ਆਨਲਾਈਨ ਇਹ ਸਾਰੀਆਂ ਰਸਮਾਂ ਦੇਖੀਏ। ਇਹ ਸਾਰੀ ਅਪੀਲ ਅਸੀਂ ਕੀਤੀ ਹੈ। ਤੇ ਸਰ, ਜਿਵੇਂ ਕਿ ਬਰਸੀ ਮਨਾਈ ਜਾਊਗੀ, ਉਹਦੇ ਵਿੱਚ ਤੁਹਾਡੇ ਮੈਂਬਰ ਵੀ ਇਕੱਠੇ ਹੋਣਗੇ, ਉਹਦੇ ਵਿੱਚ ਵੀ ਜਿਹੜੀਆਂ ਹਦਾਇਤਾਂ ਦੀ ਪਾਲਣਾ ਕੀਤੀ ਜਾਊਗੀ? ਹਾਂਜੀ ਬਿਲਕੁਲ, ਇਸ ਮਹਾਮਾਰੀ ਨੂੰ ਦੇਖਦੇ ਹੋਏ ਗੌਰਮੈਂਟ ਦੀਆਂ ਹਦਾਇਤਾਂ ਨੂੰ ਦੇਖਦੇ ਹੋਏ ਅਸੀਂ ਸਾਰਿਆਂ ਨੂੰ ਅਪੀਲ ਕੀਤੀ ਆ ਵੀ ਸਾਰਿਆਂ ਦੇ ਮਾਸਕ ਪਾਇਆ ਹੋਏਗਾ, ਸੋਸ਼ਲ ਡਿਸਟੈਂਸ ਹੋਏਗੀ ਔਰ ਸੈਨੀਟਾਈਜ਼ ਜਿਹੜਾ ਵੀ ਹੈਗਾ ਸਾਰਾ ਦਰਬਾਰ ਨੂੰ ਅਸੀਂ ਕਰਕੇ ਇਹ ਅੰਦਰ ਰਸਮਾਂ ਅਸੀਂ ਕਰਾਂਗੇ ਜਿਹਦੇ ਨਾਲ ਕੋਈ ਵੀ ਮਤਲਬ ਜਿਹੜੀਆਂ ਹਦਾਇਤਾਂ ਗੌਰਮੈਂਟ ਦੀ ਹੈਗੀਆਂ ਉਹਨੂੰ ਪੂਰੀ ਤਰ੍ਹਾਂ ਪਾਲਣਾ ਕੀਤੀ ਜਾਊਗੀ। ਠੀਕ ਹੈ ਸਰ।